ਗੈਂਗ ਇਕੱਠੀ ਹੋਈ ਫਿਰਦੀ ਆ, ਗੱਲੀ ਬੁਆਇਸ ਇਕੱਠੇ ਬੈਠੇ ਸਾਰੇ ਝੋਟੇ ਪਿਕਨਿਕ ਮਨਾ ਰਹੇ ਆ ਨਹਿਰ ਦੇ ਕੰਢੇ। ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਆਖਾ ਤਾਂ ਤੁਸੀਂ ਸਾਰੇ ਜਣੇ ਬਹੁਤ ਹੀ ਵਧੀਆ ਮੁਗੇ ਸ਼ੁਰੂ ਕਰਨ ਲੱਗੇ ਆਪਣਾ ਅੱਜ ਦਾ ਵਲੋਗ। ਤੁਸੀਂ ਟਾਈਮ ਤਾਂ ਹੋ ਚੁੱਕਿਆ 6:30, ਅਤੇ ਅੱਜ ਅਸੀਂ ਟਾਈਮ ਨਾਲ ਉੱਠੇ ਸੀਗੇ ਸੈਰ ਕਰਦੇ ਕਰਾਉਂਦੇ ਆ ਗਏ। ਜਗਵਿੰਦਰ ਕੌਰ ਦੀ ਅੱਜ ਥੋੜ੍ਹੀ ਜਿਹੀ ਨਾ ਹੈ ਨਹੀਂ ਸੀਗਾ ਮੂਡ, ਕਹਿੰਦੀ ਉੱਥੋਂ ਮੁੜ ਚੱਲ ਕੇ, ਮੈਂ ਕਿਹਾ ਯਾਰ ਡੇਲੀ ਨਾ ਤੂੰ ਮੈਨੂੰ ਅੱਧ 'ਚੋਂ ਮੋੜ ਕੇ ਲੈ ਜਾਂਦੀ, ਅੱਜ ਆਪਾਂ ਸਿਰੇ ਤਾਂ ਹੀ ਚੱਲਾਂਗੇ। ਅਤੇ ਵੈਸੇ ਵਧੀਆ ਬਈ ਯਾਰ, ਸਰੀਰ ਦਾ ਫਰਕ ਪੈਂਦਾ ਰਹਿੰਦਾ ਦਿਨ ਬ ਦਿਨ ਦਿਨ ਬ ਦਿਨ। ਅਤੇ ਕੱਲ੍ਹ ਆਪਾਂ ਗਏ ਸੀਗੇ ਭੂਆ ਜੀ ਉਹਨਾਂ ਕੋਲ, ਉੱਥੇ ਵਧੀਆ ਨਜ਼ਾਰੇ ਨਾਲ ਰਹੇ ਸਾਰਾ ਦਿਨ ਤਕਰੀਬਨ, ਹੱਸੀਆਂ ਖੇਡੀਆਂ ਕੀਤੀਆਂ ਨਾ। ਅਤੇ ਬਈ ਜਵਾਕਾਂ ਨੂੰ ਚਾਹ ਬਹੁਤ ਚੜਿਆ ਉਹਨਾਂ ਨੂੰ, ਕਿ ਨਹੀਂ ਜਗਵਿੰਦਰ? ਚਾਹ ਫੁੱਲ ਉਹਨਾਂ ਨੂੰ ਐਂ ਸੀਗਾ ਵੀ ਪਤਾ ਨਹੀਂ ਕੀ ਆ ਗਿਆ ਉੱਧਰੋਂ ਤਾਜੂ ਦੇ ਆਲੇ ਦੁਆਲੇ। ਸਵਰੀਨ ਤਾਂ ਮੈਨੂੰ ਕਹਿੰਦੀ ਜੇ ਤੂੰ ਤਾਜੂ ਨੂੰ ਕੁੱਟਿਆ ਤਾਂ ਫਿਰ ਮੈਂ ਤੇਰੇ 'ਤੇ ਕੇਸ ਕਰ ਦੂੰਗੀ, ਕਹਿੰਦੀ ਇਹ ਹਿਸਾਬ ਲਾਲਾ, ਕਹਿੰਦੀ ਕੁੱਟਣਾ ਨਹੀਂ ਪਿੱਛੇ ਕਹਿ ਦੇਣ ਵੀ ਅਸੀਂ ਇੱਥੇ ਰੱਖਣੀ ਆ ਕੁੜੀ, ਕਹਿੰਦੇ ਤਾਜੂ ਨੂੰ ਅਸੀਂ ਇੱਥੇ ਰੱਖਾਂਗੇ। ਅਤੇ ਮੈਂ ਕਿਹਾ ਜੇ ਕੁੜੀ ਕੁੱਟੀ ਤੁਸੀਂ? ਕਹਿੰਦੇ ਕੁੱਟਦੇ ਕੱਟਦੇ। ਮੈਂ ਕਿਹਾ ਹੁਣ ਤੁਸੀਂ ਆਪ ਵੀ ਲੜਦੀ ਆ, ਜਦੋਂ ਤਾਜੂ ਮਾੜੀ ਜਿਹੀ ਵੱਡੀ ਹੋਊਗੀ ਉਦੋਂ ਇਹਦੇ ਨਾਲ ਲੜਨ ਲੱਗ ਜਾਊਗੀ। ਕਹਿੰਦੇ ਨਹੀਂ ਲੜਦੇ ਬਈ। ਮੈਂ ਕਿਹਾ ਚਲੋ ਠੀਕ ਆ, ਅਤੇ ਬਾਕੀ ਹੁਣ ਭੂਆ ਰਹਿਣ ਆਪਾਂ ਕਹਿ ਆਏ ਹਾਂ ਵੀ ਕਾਰਡ ਤੁਹਾਨੂੰ ਲਾਂਘਦੇ ਟੱਪ ਦੇ ਉਦੋਂ ਫੜਾ ਜਾਵਾਂਗੇ, ਇੱਕ ਵਾਰੀ ਆਪਾਂ ਇਨਵੀਟੇਸ਼ਨ ਦੇ ਜਾਂਦਾ ਵੀ ਵਿਆਹ 'ਤੇ ਆ ਜਿਹੜਾ ਇੱਕ ਹਫ਼ਤੇ ਦਾ ਪੂਰਾ ਪ੍ਰੋਗਰਾਮ ਬਣਾ ਕੇ ਆਇਓ। ਵੈਸੇ ਯਾਰ ਆਪਣੇ ਨਾ ਜ਼ਿਮੀਂਦਾਰਾਂ ਦੇ ਵਿਆਹ ਹੀ ਆ ਜਿਹੜੇ ਹਫ਼ਤਾ ਹਫ਼ਤਾ ਚੱਲਦੇ ਆ, ਜਿਵੇਂ ਹੋਰ ਲਾ ਲਓ ਵੀ ਬਾਣੀਆਂ ਦਿਓਗੇ ਨਾ ਜਾਂ ਹੋਰ ਵਿਆਹ, ਇਹ ਤਾਂ ਇੱਕ ਇੱਕ ਦੋ ਦੋ ਦਿਨ ਤੂੰ ਰਹਿਣਾ ਮਾੜਾ ਜਿਹਾ ਰਵਿੰਦਰ, ਮੈਨੂੰ ਵੀ ਹੌਲੀ ਕਰ ਦਿੰਦੀ ਰਵਿੰਦਰ, ਇੱਕ ਦੋ ਦਿਨਾਂ ਦੀ ਹੁੰਦਾ ਹੈਗਾ। ਜਾਂ ਮਤਲਬ ਕਿ ਮੈਂ ਵੇਖਿਆ ਆਪਣੇ ਕਈ ਆੜਤੀਆਂ ਦੇ ਹੈ ਨਾ, ਆਪਾਂ ਵਿਆਹ 'ਤੇ ਗਏ ਹਾਂ ਉਹਨਾਂ ਦਾ ਸ਼ਾਮਾਂ ਨੂੰ ਵੀ ਉਹਨਾਂ ਦੀ ਦੁਕਾਨ ਖੁੱਲ੍ਹੀ ਹੁੰਦੀ ਆ, ਵਿਆਹ 'ਤੇ ਜਾਂਦੇ ਆ ਰਾਤ ਨੂੰ ਵਿਆਹ ਕਰਕੇ ਸਵੇਰੇ ਆ ਕੇ ਫਿਰ ਦੁਕਾਨ ਖੋਲ੍ਹ ਲੈਂਦੇ ਆ। ਅਤੇ ਇਕੱਲੇ ਆਪਣੇ ਜ਼ਿਮੀਂਦਾਰ ਹੀ ਆ ਜਿਹੜੇ ਪੈਸੇ ਦੀ ਬਰਬਾਦੀ ਕਰਦੇ ਆ ਇੰਨੀ ਜ਼ਿਆਦਾ, ਹੈਂ ਆਪਣੇ ਪਹਿਲਾਂ ਤਾਂ ਪਤਾ ਪੂਰਾ ਹੱਥ ਘੁੱਟ ਕੇ ਚੱਲਦੇ ਆ ਵਿਆਹਾਂ 'ਚ, ਐਂ ਪੂਰਾ ਹੱਥ ਘੁੱਟ ਕੇ ਜਦੋਂ ਰਹਿ ਜਾਂਦੇ ਨਾ ਵਿਆਹ 'ਚ ਦੋ ਕੁ ਤਿੰਨ ਕੁ ਦਿਨ, ਉਹ ਕਹਿੰਦਾ ਚੱਕ ਦਿਓ ਫਿਰ ਆਹ ਵੀ ਕਰ ਲਓ ਆਹ ਵੀ ਕਰ ਲਓ ਆਹ ਵੀ ਕਰ ਲਓ, ਹੈਂ ਉਹ ਤੋਂ ਪਹਿਲਾਂ ਹੱਥ ਘੁੱਟ ਕੇ ਪੂਰਾ। ਹੁਣ ਸਾਨੂੰ ਰੇਡੀ ਜਮ੍ਹਾਂ ਨਹੀਂ ਪੈਸੇ ਲਾਉਣ ਹੁੰਦਾ ਕਿਤੇ ਵੀ, ਕਹਿੰਦਾ ਹਜੇ ਕੁਛ ਨਹੀਂ ਪੈਸੇ ਲਾਉਣਗੇ ਮੈਨੂੰ, ਜਿਵੇਂ ਜਿਵੇਂ ਵਿਆਹ ਨੇੜੇ ਜੂ ਚੱਲ ਆਹ ਵੀ ਕਰ ਲਓ ਕਰਨਾ ਹੀ ਪੈਣਾ ਆਹ ਵੀ ਕਰ ਲਓ ਕਰਨਾ ਹੀ ਪੈਣਾ ਹੈਗਾ, ਅਤੇ ਉਵੇਂ ਉਵੇਂ ਚਲੋ ਵਧੀਆ ਕਰਾਂ ਪਰਮਾਤਮਾ ਸੁੱਖ ਰੱਖੇ। ਦਵਿੰਦਰ ਨੇ ਕਰ ਲਿਆ ਸਵੇਰੇ ਸਵੇਰੇ ਨਾ ਪੈਰ ਤੂੰ ਪੈਰ ਚ ਕਰੀ ਜਾਂਦੀ ਆ ਕਿ ਅਜ਼ਰ ਹੋ ਗਿਆ ਹੈ। ਦਵਿੰਦਰ ਨੇ ਬਈ ਕੁਛ ਖਾ ਲਿਆ, ਮਤਲਬ ਫਾਇਦਾ ਫਾਇਦੇ ਵਾਲੀ ਚੀਜ਼ ਹੀ ਸੀਗੀ, ਜਿਹੜੇ ਅੱਕਦੇ ਨਹੀਂ ਹੁੰਦੇ ਮੂਹਰੇ ਉਹ ਡੋਡੀਆਂ ਹੀ ਲੱਗੀਆਂ ਹੁੰਦੀਆਂ ਨਾ, ਉਹ ਮੈਂ ਇਹਨੂੰ ਦੱਸਤਾ ਮੈਂ ਕਹਿਣਾ ਵੀ ਇਹਦੇ ਫਾਇਦੇ ਬਹੁਤ ਹੁੰਦੇ ਹੈਗੇ ਐਂ ਜੋ ਵਾਹ। ਹੁਣ ਬਥੇਰੇ ਤੁਹਾਨੂੰ ਪਤਾ ਨਾ ਜਿੱਦਾਂ ਜਿਹੜਾ ਅੱਕ ਦਾ ਦੁੱਧ ਹੁੰਦਾ ਨਾ ਉਹਦਾ ਅਰਕ ਵੀ ਆਉਂਦਾ ਹੈਗਾ ਇਹ ਲਟਰਮ ਪਟਰਮ, ਅਤੇ ਦਵਿੰਦਰ ਨੇ ਸੱਚੀ ਇੱਕ ਡੂਡਣੀ ਚੱਕ ਕੇ ਦਿਖਾ ਲਈ, ਬਾਅਦ 'ਚ ਮੈਂ ਉਹਨੂੰ ਕਿਹਾ ਥੁੱਕ ਦੇ ਨੂੰ ਐਵੇਂ ਤੂੰ, ਮੈਂ ਅਜੇ ਕੋਈ ਸੱਤ ਤਾਂ ਮਾਰ ਕੇ ਦੇਖ ਲਓ ਤੂੰ ਆਪਦੇ ਆਪੇ ਵਿਗਿਆਨੀ ਬਣ ਗਈ, ਬਾਅਦ 'ਚ ਮੈਨੂੰ ਕਰਦੀ ਆ ਦਿਲ ਕੁਝ, ਮੈਨੂੰ ਨਸ਼ਾ ਹੋ ਗਿਆ ਮੇਰੀਆਂ ਅੱਖਾਂ ਨਾ ਧੁੰਦਲੀਆਂ ਜਿਹੀਆਂ ਹੋਈ ਜਾਂਦੀਆਂ, ਹੁਣ ਤਾਂ ਨਹੀਂ ਹੁੰਦੀਆਂ ਹੈ ਲੱਗਦਾ ਮੈਨੂੰ। ਅਤੇ ਮੈਂ ਕਿਹਾ ਹੁਣ ਨਾ ਤੂੰ ਡਿੱਗ ਡੁੱਗਣਾ ਪਈ, ਅਤੇ ਮੈਂ ਤਾਂ ਮੋਢਾ 'ਤੇ ਚੱਕ ਕੇ ਹੁਣ ਲੈ ਜਾਈ ਜਾਣੀ ਘਰ ਤੱਕ ਹੈਂ, ਅਤੇ ਹੁਣ ਬਾਕੀ ਸੈਰ ਬਈ ਵਧੀਆ ਕਰਕੇ ਆ ਗਏ। ਹਾਂ ਬਈ ਖਾਂਦੇ ਆ ਉਹ ਤਾਂ ਫਾਇਦੇ ਹੈਗੇ ਹੈਗੇ ਬਹੁਤ ਸਾਰੀਆਂ ਚੀਜ਼ਾਂ ਨੇ, ਪਰ ਜਿੰਨਾ ਚਿਰ ਆਪਾਂ ਨੂੰ ਪੂਰੀ ਪ੍ਰੋਪਰ ਜਾਣਕਾਰੀ ਨਹੀਂ ਉਨਾ ਚਿਰ ਨਾ ਪੰਗਾ ਲਓ, ਅਤੇ ਇਹਨੇ ਵੇਖ ਲਿਆ ਖਾ ਕੇ, ਮੈਂ ਕਿਹਾ ਐਂ ਥੋੜ੍ਹੀ ਤੋੜ ਕੇ ਖਾਈ ਦਾ ਹੁੰਦਾ। ਬਾਕੀ ਬਈ ਭੈਣ ਭਰਾਵਾਂ ਦਾ ਪਿਆਰ ਹੈ ਨਾ, ਜਿਵੇਂ ਸਵਰੀਨ ਵਰਗੇ ਆਪਣੇ ਨਾਲ ਇੰਨਾ ਮੋਹ ਪ੍ਰੇਮ ਕਰਦੇ ਹੈ ਨਾ, ਆਪਾਂ ਵੀ ਉਹਨਾਂ ਨਾਲ ਹੈਂ ਹਾਂ, ਕਿਉਂਕਿ ਯਾਰ ਉਹ ਪਤਾ ਜਵਾਕ ਹੁੰਦੇ, ਜਵਾਕਾਂ ਨੂੰ ਕਿਸੇ ਨਾਲ ਕੋਈ ਮਤਲਬ ਨਹੀਂ ਹੁੰਦਾ, ਉਹਨਾਂ ਨੂੰ ਕਿਹੜਾ ਕੋਈ ਉਹਦਾ ਹੁੰਦਾ ਗਾ ਖਾਣ ਪੀਣ ਦਾ ਕੋਈ ਲਾਲਚ ਨਹੀਂ ਹੁੰਦਾ ਜਾਂ ਹੋਰ ਨਹੀਂ ਕਿਸੇ ਦਾ, ਮੈਂ ਉਹਨਾਂ ਨੂੰ ਤਾਂ ਜਿਹੜਾ ਪਿਆਰ ਨਾਲ ਬੁਲਾ ਲੂਗਾ ਨਾ ਹੱਸ ਖੇਡ ਦੂਗਾ ਜਵਾਕ, ਤਾਂ ਉਹਦੇ ਨਾਲ ਹੀ ਦਿਲ ਲੱਗ ਜਾਂਦਾ ਗਾ।
ਹੁਣ ਸਾਡੇ ਕੋਲ ਇੱਥੇ ਆਉਂਦੇ ਸ਼ੁਰੂ ਤੋਂ ਰਹੇ ਹੈ ਨਾ, ਹੱਸੀ ਖੇਡੀ ਜਾਂਦੇ ਰਹਿੰਦੇ ਹਾਂ, ਚੌੜਾਂ ਕਰੀ ਜਾਂਦੇ, ਉਹਨੂੰ ਕੁੱਟ ਵੀ ਦਈਦਾ ਗਾ, ਵਿੱਚ ਲੜ ਲੁੜ ਕੇ ਲੱਤਾਂ ਬਾਹਾਂ ਆਪਣੇ ਹੀ ਮਾਰ ਜਾਂਦੇ ਹੈਗੇ, ਅਤੇ ਬਸ ਐਂ ਉਹਨਾਂ ਨੂੰ ਵਧੀਆ ਲੱਗਦਾ ਗਾ, ਤਾਂ ਕਰਕੇ ਵੇਟ ਕਰਦੇ ਹੈ ਨਾ। ਨਹੀਂ ਅੱਜ ਕੱਲ੍ਹ ਦੇ ਟਾਈਮ 'ਚ ਵੀ ਕੌਣ ਕਿਸੇ ਦੀਆਂ ਵੇਟਾਂ ਕਰਦਾ, ਅਗਲਾ ਆਉਣਾ ਆਓ ਨਹੀਂ ਦਫਾ ਹੋ ਹੈ ਨਾ, ਵੀ ਤੁਹਾਡੇ ਬਿਨਾਂ ਕਿਹੜਾ ਗੱਡਾ ਖੜ ਜੂਗਾ। ਪਰ ਇਕੱਲੇ ਬੱਚੇ ਹੀ ਹੁੰਦੇ ਆ ਜਿਹੜੇ ਉਡੀਕਦੇ ਹੁੰਦੇ ਹੈਗੇ, ਵੀ ਜਾਂ ਸਪੈਸ਼ਲੀ ਨਾਨਕਿਆਂ ਕੋਲ ਜਾਣ ਨੂੰ ਜਾਂ ਭੂਆ ਕੋਲ ਜਾਣ ਨੂੰ ਆਪਦੇ ਕੋਲ ਹੈ ਨਾ, ਵੀ ਅਸੀਂ ਜਾਣਾ ਗਾ ਨਾਨਕੇ ਲੈ ਜਾਣ ਸਾਨੂੰ। ਹੁਣ ਜਿਵੇਂ ਇਹਨਾਂ ਦਾ ਛੁੱਟੀਆਂ ਹੋਣ ਤੋਂ ਪਹਿਲਾਂ ਹੀ ਫੋਨ ਆਉਣ ਲੱਗ ਜਾਂਦੇ ਮਹੀਨਾ, ਵੀ ਛੁੱਟੀਆਂ ਹੋਣਗੀਆਂ ਉਹ ਤਰੀਕ ਨੂੰ ਆ ਜਾਓ ਟਾਈਮ ਨਾਲ ਹੀ, ਦਸੰਬਰ ਦੀ ਵੇਟ ਤੇ ਆ ਹੁਣ ਪੂਰਾ, ਹਜੇ ਨਾਲ ਨਵੰਬਰ ਨਵੰਬਰ ਚ ਵਿਆਹ ਹੋਣਾ। ਹਾਂ ਤੇ 22 ਤਰੀਕ ਤੱਕ ਆ ਜਾਣਗੇ ਹੁਣ ਪੂਰਾ ਨਾ, ਉਹ ਦਸੰਬਰ ਦੀ ਵੇਟ ਚ ਆ। ਚਲੋ ਉਹਦੇ ਤੋਂ ਪਹਿਲਾਂ ਇਹਨਾਂ ਨੇ ਵਿਆਹ ਵੀ ਆਉਣਾ ਗਾ, ਤੇ ਵਿਆਹ ਚ ਵੀ 5-4 ਦਿਨ ਤਾਂ ਲੱਗਣਗੇ, ਪਰ ਨਾ ਉਹ ਤੋਂ ਬਾਅਦ ਦਸੰਬਰ 'ਚ ਕਹਿੰਦੇ ਫੇਰ ਆਉਣਾ ਅਸੀਂ ਛੁੱਟੀਆਂ 'ਚ। ਅਸੀਂ ਕਿਹਾ ਚਲੋ ਵੀ ਆ ਜਾਓ ਹੈ ਨਾ, ਜਵਾਕਾਂ ਨਾਲ ਹੀ ਘਰ ਰੌਣਕਾਂ ਹੁੰਦੀਆਂ। ਉਹ ਤੂੰ ਟਿਕ ਜਾ ਓਏ, ਇੱਕ ਤਾਂ ਪਹਿਲਾਂ ਮੇਰਾ ਦਵਿੰਦਰ ਨੇ ਅੱਜ ਦਿਮਾਗ ਖਰਾਬ ਕਰਿਆ ਪਿਆ, ਉਹ ਤੋਂ ਤੂੰ ਟਰੈਂ ਟਰੈਂ ਲਾਈ ਆ। ਇਹ ਕੁੜੀ ਨੇ ਅੱਜ ਇੰਨਾ ਕੁ ਮੇਰਾ ਟਾਈਮ ਖਰਾਬ ਕਰਿਆ, ਇੰਨਾ ਕੁ ਮੇਰਾ ਦਿਮਾਗ ਖਰਾਬ ਕਰਿਆ, ਮੈਂ ਇਹਨੂੰ ਹੰਭ ਗਿਆ ਉਹ ਕਹਿ ਕੇ ਵੀ ਤੁਰਿਆ ਉਹ ਤੁਰਿਆ ਤੁਰੀ ਨੀ ਬਈ, ਮੈਂ ਅੜ ਅੜ ਕੇ ਆਉਂਦੀ ਆ। ਕਿੱਥੇ ਲਓ ਵੀ ਡੈਡੀ ਚੱਲਿਆ ਮੈਂ ਲੈ ਦੋ ਚੜਾਉਣ, ਦੋ ਚੜਾਉਣ ਜਾਂਦਾ ਠੀਕ ਆ। ਆਪਣੇ ਬਈ ਮੱਝ ਦਾ ਦੁੱਧ ਅੱਜ ਜਾ ਕੇ ਪੱਕ ਗਿਆ ਨਾ, ਸੋ ਤਾਂ ਕਰਕੇ ਫਿਰ ਡੈਡੀ ਅੱਜ ਛੱਟਾ ਦੇਣ ਗਏ ਹੈ। ਮਤਲਬ ਕਿ ਉੱਥੇ ਦੋ ਚੜਾਉਣੀ ਲਾ ਲਓ, ਜਿੰਨਾ ਚਿਰ ਉੱਥੇ ਦੁੱਧ ਆਪਣੇ ਡੇਰੇ ਸ਼ਹੀਦਾਂ ਦੀ ਜਗ੍ਹਾ ਹੈ ਨਾ ਬਣੀ, ਵੀ ਜਿੰਨਾ ਚਿਰ ਉੱਥੇ ਆਪਾਂ ਦੁੱਧ ਨਹੀਂ ਚੜਾਉਂਦੇ ਉੱਨਾ ਚਿਰ ਆਪਾਂ ਨਾ ਬਾਹਰ ਜਾਂ ਦੁੱਧ ਨੂੰ ਕਿਸੇ ਨੂੰ ਦੇ ਨਹੀਂ ਸਕਦੇ ਜਾਂ ਵੇਚ ਨਹੀਂ ਸਕਦੇ ਹੈ ਨਾ, ਉਹਨਾਂ ਚਿਰ ਆਪਾਂ ਨੂੰ ਘਰੇ ਵਰਤਣਾ ਪਊਗਾ। ਹੁਣ ਤਾਂ ਹੀ ਤਾਂ ਮੰਮੀ ਗੱਲ ਕਹੀ ਜਾਂਦੀ, ਕਹਿੰਦੀ ਹੁਣ ਤਾਂ ਫਿਰ ਪਨੀਰ ਹੀ ਚੱਲੂਗਾ, ਰਾਤ ਵੀ ਛੋਲੇ ਪਨੀਰ, ਅੱਜ ਪਨੀਰ ਵਾਲੀ ਉਹ ਬਣਾਵਾਂ ਚੀਜ਼ ਚਿੱਲੀ। ਅੱਜ ਤਾਂ ਮੰਮੀ ਮੈਂ ਅੱਕ ਗਿਆ, ਤਾਜ ਵਤਨ ਓਏ ਛੱਡ ਤਾਜੂ ਖਾਜਾ ਖੜ ਛੱਡ ਧੀ ਚ ਕਿਉਂ ਕੀਤੇ ਆ ਤਾਜੂ ਛੱਡ ਧੀ ਚ ਕਿਉਂ ਧੀ ਚ ਕਿਉਂ ਛੱਡ ਧੀ ਚ ਕਿਉਂ ਛੱਡ ਧੀ ਚ ਕਿਉਂ ਨਗਲੀ ਦੀਆਂ ਅੱਖਾਂ ਲਾਈ ਫਿਰਦਾ ਪਾ ਕੇ ਸੁਰਮਾ ਓਏ ਹਜੇ ਆਏ ਨੀ ਆਉਂਦੀ ਹੈਨਾ ਆਪਦੇ ਆਪ ਵੀ ਬਈ ਸਿਰਾ ਹੀ ਲੱਗ ਗਿਆ ਆਹ ਵੇਖੋ ਆਪਣੀ ਮੂਲੀ ਉੱਗ ਰਹੀ ਆ ਹੈਨਾ ਅੱਜ ਕੱਲ੍ਹ ਨਾ ਮੰਮੀ ਉਹ ਸਾਈਕਲ ਨੀ ਚੱਲਦੇ ਟੋਕਰਾਂ ਵਾਲੇ ਰੇਂਜਰ ਗੇਅਰਾਂ ਵਾਲੇ ਬਰੀਕ ਟਾਇਰਾਂ ਵਾਲੇ ਇੰਨੇ ਇੰਨੇ ਪਤਲੇ ਟਾਇਰ ਹੁੰਦੇ ਉਹ ਵਾਲੇ ਸਾਈਕਲ ਚੱਲਦੇ ਅੱਜ ਕੱਲ੍ਹ ਉਹ ਫਿਰ ਮਹਿੰਗੇ ਹੁੰਦੇ 70-80 ਹਜ਼ਾਰ ਦਾ ਉਹ ਤਾਂ ਆਪਾਂ ਲਿਆਵਾਂ ਕੋਈ 2025-16 ਟੋਕਰੀ ਵਾਲਾ ਲਿਆਵਾਂ ਬਈ ਯਾਰ ਵੈਸੇ ਅਸਲ ਜ਼ੋਰ ਤਾਂ ਉਹਦੇ 'ਚ ਹੀ ਲੱਗਦਾ ਗਾ ਜਿਹੜਾ ਆਪਣੇ ਪੁਰਾਣੇ ਹੀਰੋ ਜੈੱਟ ਜਾਂ ਐ ਕਲਾਸ ਦੇ ਨਹੀਂ ਹੁੰਦੇ ਸੀਗੇ ਟੋਕਰੀਆਂ ਆਈ ਵਾਲੇ ਆਪਣੇ ਰੇਂਜਰ ਰੂੰਜਰ ਜੇ ਲਾ ਲੋ ਸਾਈਕਲ ਮੇਰਾ ਲਿਆਉਂਦਾ ਹੈਗਾ ਇਰਾਦਾ ਵੈਸੇ ਆਪਣੇ ਬੇਲੀ ਕੋਲੇ ਵੀ ਖੜਾ ਇੱਕ ਕੋਲੇ ਗੇਰਾਂ ਵਾਲਾ ਉਹਦੇ ਕੋਲੇ ਉਹ ਕਹਿੰਦਾ ਮੇਰੇ ਕੋਲੇ 2-3 ਸਾਲ ਹੋ ਗਏ ਲੈ ਇਹਨੂੰ ਕਹਿੰਦਾ ਅੰਦਰ ਹੀ ਲਾਇਆ ਖੜਾ ਮੈਂ ਵਰਤਿਆ ਨੀ ਮੈਂ ਫਿਰ ਤੂੰ ਮੈਨੂੰ ਦੇ ਦੇ ਮੈਂ ਉਹਨੂੰ ਮੈਂ ਠੀਕ ਕਰਵਾ ਲੂੰ ਜਿਹੜਾ ਕੋਈ ਮਾੜਾ ਮੋਟਾ ਲੱਗਦਾ ਹੋਇਆ ਮੈਂ ਫਿਰ ਉਹ ਹੋਣੀ ਵੀ ਤੂੰ ਕਹਿੰਦਾ ਮਹੀਨੇ ਨੂੰ ਮੈਨੂੰ ਚਾਹੀਦਾ ਗਾ ਫਿਰ ਮੈਂ ਦਿਨੇ ਮੈਂ 5-6 ਮਹੀਨੇ ਦਾ ਨਹੀਂ ਦਿੰਦਾ ਉਦੋਂ ਨੂੰ ਮੈਂ ਆਪਦਾ ਲਿਆਊਂਗਾ ਕਹਿੰਦਾ ਚੱਲ ਠੀਕ ਆ ਹੁਣ ਅੱਜ ਉਹਦੀਆਂ ਫੋਟੋਆਂ ਆਉਣਗੀਆਂ ਫਿਰ ਵੇਖ ਕੇ ਜੇ ਤਾਂ ਪਾਸ ਹੋਇਆ ਫਿਰ ਤਾਂ ਪਊ ਚੱਕ ਲਿਆਵਾਂਗੇ ਨਹੀਂ ਫਿਰ ਆਪਦਾ ਲੈ ਲਾਂਗੇ ਨਵਾਂ ਨਵਾਂ ਨਹੀਂ ਅਜੇ ਲੈਂਦੇ ਨਵਾਂ ਆਪਾਂ ਗਾਂਹ ਜਾ ਕੇ ਲਵਾਂਗੇ ਮੈਨੂੰ ਲੱਗਿਆ ਕਿ ਇਹ ਚੀਜ਼ ਨੇ ਦੰਦੀ ਵੱਡੀ ਪਰ ਬਚਤ ਰਹੇਗੀ ਨਵਾਂ ਨਹੀਂ ਲਿਆਉਂਦੇ ਮੰਮੀ ਨਵਾਂ ਮਹਿੰਗਾ ਵਾਲਾ 15-18 ਹਜ਼ਾਰ ਦਾ ਆਊਗਾ ਚਲਾਉਣਾ ਮੋਟਰ ਚਲਾ ਰਿਹਾ
ਸਾਈਕਲ ਦੀ ਅੱਡ ਗੱਲ ਆ, ਮੋਟਰਸਾਈਕਲ ਦੀ ਅੱਡ ਗੱਲ ਆ ਕਿ ਸਾਈਕਲ ਹੀ ਚਲਾ ਲਾ, ਮੋਟਰਸਾਈਕਲ ਚਲਾ ਲਿਆ ਕਰ ਸਾਈਕਲ ਨੂੰ ਕੱਟ ਬਰਾ। ਹੁਣ ਤਾਂ ਉਹ ਨਹੀਂ ਕੱਢਿਆ, ਮੇਰੀ ਬਣਾਈ ਜਾ, ਆਮ ਹੀ ਗਲਤ ਹੋ ਗਿਆ ਤਾਂ। ਆਹ ਦੇਖ ਬਈ ਗੱਲਬਾਤ, ਓਕੇ ਰਿਪੋਰਟ ਹੋ ਗਈ, ਆਹ ਵੀ ਨਿਕਲਣ ਲੱਗ ਗਈਆਂ ਆਪਣੀਆਂ, ਅਤੇ ਮੂਲੀਆਂ ਆਹ ਵਾਲੀਆਂ ਵੀ ਆਪਣੀਆਂ ਜਿਹੜੀਆਂ ਬਾਹਰ ਨਿਕਲ ਗਈਆਂ। ਅੱਜ ਮੇਰੇ ਹਿਸਾਬ ਨਾਲ ਡੈਡੀ ਨੇ ਪਾਣੀ ਲਾਤਾ ਸੀ, ਕੱਲ੍ਹ ਇੱਕ ਹੋਰ ਇਹਨਾਂ ਨੂੰ, ਅੱਜ ਸ਼ਾਮਾਂ ਤੱਕ ਆ ਜਿਹੜੀ ਇਕੱਲੀ ਇਕੱਲੀ ਮੂਲੀ ਨਿਕਲਿਆਊਗੀ ਬਾਹਰ। ਆਹ ਵੇਖੋ ਕਰੋ ਚੈੱਕ ਬਈ, ਗ੍ਰੀਨ ਗ੍ਰੀਨ ਰੰਗ ਦੀਆਂ ਵਿੱਚੋਂ ਵਿੱਚੋਂ ਕਈ ਥਾਵਾਂ ਤੋਂ ਨਿਕਲਦੀਆਂ ਹੁੰਦੀਆਂ, ਕਈਆਂ ਤੋਂ ਨਿਕਲੀਆਂ ਵਗੀਆਂ। ਅਤੇ ਚਲੋ ਪਰਮਾਤਮਾ ਸੁੱਖ ਰੱਖੀ, ਹੈ ਨਾ। ਆਹ ਵੇਖੋ ਵਧੀਆ ਹੋ ਗਈ ਗੱਲਬਾਤ, ਨਹੀਂ ਤਾਂ ਨਾ ਜੇ ਮੀਂਹ ਮੂੰਹ ਆ ਜਾਵੇ ਬਈ ਯਾਰ, ਉੱਗਰ ਤਾਂ ਫਿਰ ਵੀ ਆਉਂਦੀਆਂ ਪਰ ਨਾ ਫਿਰ ਇੱਕਦਮ ਦੱਬ ਜਾਂਦੀ ਹੈ ਚੀਜ਼। ਹੁਣ ਕਿੱਥੇ ਤਾਂ ਬੰਦੇ ਨੇ ਇੱਕ ਪਾਣੀ ਲੱਗਿਆ ਨਾ, ਇੱਦਾਂ ਹੀ ਨਿਕਲਣੀ ਇਹਨੇ ਬਾਹਰ, ਕਿੱਥੇ ਇਹਨੂੰ ਜਦੋਂ ਪਾਣੀ ਬਾ ਇੱਕ ਵਾਰੀ ਪਾਣੀ ਆਪਾਂ ਲਾ ਤਾਂ ਉੱਤੋਂ ਮੀਂਹ ਪੈ ਗਿਆ, ਬੱਟਾਂ ਹੋ ਜਾਂਦੀਆਂ ਟਾਇਟ, ਜਿਵੇਂ ਚੀਜ਼ ਨੂੰ ਕਿਸੇ ਨੂੰ ਆਪਾਂ ਘੁੱਟ ਨਹੀਂ ਲੈਂਦੇ, ਘੁੱਟੀ ਵੀ ਚੀਜ਼ ਹੁਣ ਤੁਸੀਂ ਵੇਖ ਲਓ ਕਿੱਦਾਂ ਦੀ ਹੁੰਦੀ ਹੈਗੀ, ਐਂ ਹੋ ਜਾਂਦਾ ਹੈਗਾ। ਅਤੇ ਪਾਲਕ ਵੀ ਆਪਣੀ ਬੀਜੀ ਪਈ ਹੈਗੀ, ਅੱਜ ਉਹ ਬਾਈ ਤੋਂ ਰੋਟਾਵੇਟਰ ਥੋੜ੍ਹਾ ਜਿਹਾ ਹੋਰ ਮਰਵਾ ਲੈਂਦੇ ਹੈਗੇ, ਉਹਦੇ 'ਚ ਮੇਥੇ ਬੀਜਦੇ ਨੇ ਡੈਡੀ ਦੇ ਨਾਲ, ਪੇਟ ਨੂੰ ਸੋਜਾ ਜਵਾ ਪਿਆ, ਬੱਟਾਂ ਬੁੱਟਾਂ ਪਵਾਂਗਾ ਨਾ ਫਿਰ ਉਹਦੇ ਕਰਕੇ ਨਾ, ਉਹ ਤਾਂ ਕਰਕੇ ਹਜੇ ਡੈਡੀ ਨੇ ਜ਼ੋਰ ਵਾਲਾ ਕੰਮ ਕਰਨਾ ਨਹੀਂ। ਉਹ ਕਹਿੰਦਾ ਚੱਲ ਇਹ ਤਾਂ ਕੀ ਹੈ ਤਾਂ ਤੂੰ ਹੀ ਖਿੱਚਣੀ ਹੈ, ਮੈਂ ਤਾਂ ਵੀ ਕੇਰਨਾ ਗਾ, ਕੇਰ ਦੂੰਗਾ। ਮੈਂ ਕਿਹਾ ਚਲੋ ਠੀਕ ਆ ਡੈਡੀ, ਅਤੇ ਆਪਾਂ ਹੁਣ ਨਾਲੇ ਵੱਢ ਲੈਂਦੇ ਪੱਠੇ, ਕੱਲ੍ਹ ਵੱਢੇ ਨਹੀਂ, ਕੱਲ੍ਹ ਸ਼ਾਮ ਨੂੰ ਲੇਟ ਆਏ ਹਾਂ ਉੱਥੋਂ ਭੂਆ ਕੇ ਪਿੰਡੋਂ। ਫਿਰ ਆਪਾਂ ਆ ਗਏ ਹਾਂ ਜਿੱਥੇ ਬੀਜ ਕੇ ਗਏ ਸੀਗੇ ਸਰੋਂ, ਜਿੱਥੇ ਆਪਾਂ ਅੱਜ ਤੜਕੇ ਮਰਵਾਇਆ ਸੀਗਾ ਰੋਟਾਵੇਟਰ, ਉਹਦਾ ਹੁਣ ਪੱਧਰ ਕਰ ਦੇਣਾਗਾ ਵਾਹਣ, ਕਿਉਂਕਿ ਉੱਥੇ ਆਪਾਂ ਬੀਜਦੇ ਹਾਂ ਮੇਥੇ, ਅਤੇ ਮੇਥੇ ਆਪਾਂ ਐਂ ਨਹੀਂ ਬੀਜਦੇ, ਬੀਜ ਕੇ ਪਾਣੀ ਨਹੀਂ ਲਾਉਣਾ ਗਾ, ਆਪਾਂ ਗਿੱਲ 'ਚ ਹੀ ਬੀਜਦੇ ਹਾਂ, ਕਿਉਂਕਿ ਮੇਥੇ ਦਾ ਬਸ਼ਰਮ ਜਿਹੀ ਹੁੰਦੇ ਹੈਗੇ, ਇਹ ਬਸ਼ਰਮ ਕੌਮ ਹੁੰਦੀ ਹੈਗੀ, ਇਹ ਰੰਗ ਹੀ ਉੱਗਰੇ ਹੁੰਦੀ, ਮਾੜੇ ਜਿਹੇ ਗਿੱਲਾ ਜਾਵੇ ਨਾ ਬਸ ਸੁੱਕ ਬਰੂ ਰਹਿ ਜਾਓ ਉਹਦੇ 'ਚ ਹੀ। ਅਤੇ ਉੱਧਰ ਆਪਣੀ ਸਰੋਂ ਬੀਜਤੀ ਸੀ, ਆਹ ਹੁਣ ਥਾਂ ਪੱਧਰ ਕਰ ਦਈਏ ਜਿੰਨੇ 'ਚ ਬੀਜਣੇ ਆ, ਅਤੇ ਉਹਦੇ ਤੋਂ ਬਾਅਦ ਗਿੱਲ ਤਾਂ ਬਹੁਤ ਆ, ਅਤੇ ਆਹ ਵੇਖੋ ਗਿੱਲਾ ਕੇ ਪਿਆ ਅੰਦਰੋਂ ਵਾਹਣ, ਅਤੇ ਬਸ ਇਹਨੂੰ ਹੁਣ ਪੱਧਰ ਕਰ ਦਿੰਦੇ, ਉਹ ਤੋਂ ਬਾਅਦ ਇਹਦੇ ਜੋਰੇ ਕੱਢਦੇ ਹਾਂ ਜਾਂ ਸ਼ਾਮਾਂ ਨੂੰ, ਜਾਂ ਸ਼ਾਮਾਂ ਨੂੰ ਜਾਂ ਕੱਲ੍ਹ ਨੂੰ ਸਵੇਰੇ, ਅਤੇ ਲੋਕ ਕਰਕੇ ਪੱਧਰ। ਲੇਜ਼ਰ ਲੈਵਲਰ ਆਪਾਂ ਜਿਹੜਾ ਲਾਇਆ ਹੁੰਦਾ ਗਾ, ਪੱਧਰਾ ਕਰਿਆ ਹੁੰਦਾ ਗਾ, ਹੁਣ ਨਹਾਉਣੇ ਆ ਧੋਣੇ ਆ, ਅਤੇ ਚੱਲ ਕੇ ਪੁੱਛ ਕੇ ਆਉਣਾ ਕੰਮ ਕਾਰ ਆ ਗਏ, ਇੱਕ ਦੋ ਛੋਟੀ ਮਾਤਾ ਦਾ ਪੈਨ ਕਾਰਡ ਸਹੀ ਕਰਾਉਣਾ, ਦਵਿੰਦਰ ਦਾ ਪੈਨ ਕਾਰਡ ਬਣਾਉਣਾ, ਤਾਜੂ ਦਾ ਆਧਾਰ ਕਾਰਡ ਬਣਾਉਣਾ, ਇਹ ਸਾਰੀਆਂ ਚੀਜ਼ਾਂ ਬਣਾਉਣੀਆਂ ਹੈਗੀਆਂ। ਹੁਣ ਚੱਲਦੇ ਹਾਂਗੇ ਪੁੱਛ ਕਰਕੇ ਆਉਣਾ ਕੀ ਡਾਕੂਮੈਂਟ ਚਾਹੀਦੇ, ਫਿਰ ਅਪਲਾਈ ਕਰਕੇ ਆਵਾਂਗੇ। ਕੀ ਬਾਈ ਯਾਰ, ਸਾਡੇ ਆਧਾਰ ਕਾਰਡ ਬਣ ਜਾਣਗੇ, ਪੈਨ ਕਾਰਡ ਬਣ ਜਾਣਗੇ, ਹੁਣ ਨਹਾ ਕੇ ਗਿਆ ਮੈਂ ਕਿਹਾ ਚਲ ਪੁੱਛ ਕੇ ਅੱਗੇ ਕੀ ਡਾਕੂਮੈਂਟ ਲੈ ਕੇ ਅੱਗੇ। ਓਏ ਹਾਂ ਭਰਾਵਾ ਤੇਰੇ ਹੀ ਬਣਾਉਣੇ ਆ, ਤੇਰੇ ਆਧਾਰ ਕਾਰਡ ਬਣਾਵਾਂ ਤਾਜੂ ਤੇਰੇ ਹੀ। ਉੱਥੇ ਤਾਂ ਲੈਣ 50 ਜਣਾ ਹੀ ਲੱਗੀ ਖੜੀ ਸੀ, ਮੈਂ ਤਾਂ ਮੋਟਰਸਾਈਕਲ ਦਾ ਗੇਅਰ ਵੀ ਨਹੀਂ ਕੱਢਿਆ, ਪਹਿਲੇ ਗੇਅਰ 'ਚ ਵਾਪਸ ਮੁੜ ਕੇ ਘਰੇ ਆ ਗਿਆ। ਨਹੀਂ ਨਹੀਂ ਤਾਂ ਲੈਣੇ ਬਾਂਗਾ ਲੱਗੀਆਂ ਪਈਆਂ ਤਾਜੂ, ਕਹਿੰਦੇ ਨਹੀਂ ਬਣਾਉਣਾ ਤੇਰਾ ਆਧਾਰ ਕਾਰਡ, ਹੁਣ ਫਿਰ ਕਿਵੇਂ ਕਰਕੇ ਕਿਵੇਂ ਕਰਕੇ ਹੁਣ ਤੂੰ ਮੈਨੂੰ ਦੱਸ, ਕੋਈ ਸਲਾਹ ਦੇ ਕੋਈ ਸਲਾਹ। ਕਰਾਂਗੇ ਫਿਰ ਕੋਈ ਨਾ ਕੋਈ ਤਾਂ, ਚਲੋ ਬਈ ਹੁਣ ਬਾਅਦ ਕੇ ਰਹੋ ਵੀ ਪੋਚੇ ਵਾਲੀ ਆ ਗਏ। ਤਾਜੂ ਯਾਰ ਆਹ ਬਾਲੀ ਭੇੜੀ ਆ ਯਾਰ, ਤ੍ਰਿਪੂਆ ਕੁੱਟਦੀ ਆ ਇਹ, ਕੁੱਟਦੀ ਆ ਪੁੱਤ ਕੁੱਟਦੀ ਆ, ਤੈਨੂੰ ਵੀ ਕੁੱਟ ਦੂ ਕਿਸੇ ਦਿਨ, ਇਹ ਬਾਲੀ ਭੇੜੀ ਆ, ਚੁੱਪ ਕਰਕੇ ਪਈ ਰਿਹਾ ਗਾ, ਰੌਲਾ ਨਹੀਂ ਪਾਉਣਾ ਤਾਂ ਕਰ ਕੁੱਟ ਦੂ ਨਹੀਂ ਤੈਨੂੰ। ਚੰਗਾ ਹੱਸਦੀ ਆ ਤਾਜੂ ਨਾ ਬਈ, ਹੁਣ ਆਪਣਾ ਮੂੰਹ ਚ ਅੰਗੂਠੇ ਪਾਉਣ ਲੱਗ ਗਿਆ ਵਾ, ਹੁਣ ਜਦੋਂ ਇਹ ਮੂੰਹ ਚ ਪੈਰਾਂ ਦੇ ਅੰਗੂਠੇ ਪਾਉਣ ਲੱਗ ਗਿਆ, ਸਮਝ ਲਓ ਨਾ ਵੀ ਉਦੋਂ ਗੱਭਰੂ ਹੋ ਗਿਆ, ਉਦੋਂ ਇਹ ਖੜਾ ਆਉਣ ਲੱਗ ਜੂਗਾ, ਮਤਲਬ ਕਿ ਬੈਠਣ ਲੱਗ ਜੂਗਾ ਤਾਜੂ, ਹੈ ਨਾ ਤਾਜੂ, ਛੰਗ ਮੰਨਦਾ ਵੀ ਵੀਡੀਓ ਬਣਾ ਲਈ ਮੇਰੇ ਪੈਰਾਂ ਚ ਅੰਗੂਠੇ, ਪੈਰਾਂ ਦੇ ਅੰਗੂਠੇ ਮੂੰਹ ਚ ਪਾਉਂਦੇ ਸੀ, ਹੈ ਪੋਪਲਾ ਜਾ, ਹੁਣ ਚੱਕ ਕੇ ਫੇਰ ਪਾ ਲੈਣੇ ਮੂੰਹ ਚ ਨੇ। ਬੱਲੇ 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 ਆ ਗਿਆ ਸ਼ੇਰ ਬਗੀ, ਟਿਚ ਕਿਉਂ ਛੱਡ, ਟਿਚ ਕਿਉਂ ਛੱਡ, ਟਿਚ ਕਿਉਂ ਤਾਜ ਵਤਨ। ਕਹਿੰਦਾ ਸੀ ਕੱਲ ਪਿੱਛੇ ਲੜਾਈ ਹੋਈ ਸੀ, ਕੱਲ ਪਿੱਛੇ ਹੋਈ ਸੀਗੀ, ਕੱਲ ਪਿੱਛੇ ਹੋਈ ਸੀਗੀ,
ਮੈਂ ਤੈਨੂੰ ਦੱਸੀ ਆ ਨਾ ਤੈਨੂੰ ਕੁੱਟਦੀ ਆ ਯਾਰ ਮੈਨੂੰ ਕੱਲੇ ਨੂੰ ਸਮਝ ਗਏ ਮੇਰੀ ਘਰ ਵਾਲੀ ਮੇਰਾ ਸਾਥ ਨੀ ਦੇ ਰਹੀ ਚੱਕਣਾ ਇੱਥੋਂ ਮਾੜਾ ਅੱਗ ਵਾਲਾ ਡੱਕਾ ਅੱਗ ਵਾਲਾ ਡੱਕਾ ਚੱਕੀ ਮਾੜਾ ਜਾ ਉਹ ਤੂੰ ਇੱਧਰ ਪੀਤੇ ਤੇ ਲਾ ਦੇ ਮੈਨੂੰ ਛੱਡ ਦੂਗੀ ਜਾਂਦੀ ਆ ਸਾਡੀ ਫੁਰਮਾ ਮੈਨੂੰ ਕਹਿੰਦੀ ਤੇਰੇ ਪਾ ਕੇ ਵੇਖਦੇ ਕਿਹੋ ਜਿਹਾ ਲੱਗੂਗਾ ਹੁਣ ਮੇਰੀਆਂ ਅੱਖਾਂ ਕਿਹੋ ਜਿਹੀਆਂ ਲੱਗ ਰਹੀਆਂ ਸੋਹਣੀਆਂ ਸੁਰਮੇ ਤੋਂ ਬਾਅਦ ਦੇਖਾਂਗੇ ਕਿਵੇਂ ਲੱਗ ਰਹੀਆਂ ਸਾਜੂ ਬੁੱਤ ਮੈਂ ਪਾਉਣਾ ਸੁਰਮਾ ਵੀਰਪਾਲ ਅੱਖ ਵੇਖੀ ਕਰਦਾ ਦਿਲ ਕੁਛ ਮੰਮੀ ਕੰਨ ਮਗਰ ਮੰਮੀ ਤਾਜੂ ਵਾਂਗੂ ਇੱਕ ਮੱਥੇ ਤੇ ਟਿੱਕਾ ਵੀ ਲਾ ਦੋ ਮੰਮੀ ਲਾਇਓ ਇੱਕ ਮੱਥੇ ਤੇ ਲਾਇਓ ਮੰਮੀ ਐ ਨੀ ਗੂੜਾ ਗੂੜਾ ਕਰਕੇ ਜਿਵੇਂ ਤਾਜ ਵਤਨ ਦੇ ਲਾਉਂਦੇ ਹੁੰਦੇ ਹੋ ਮੰਮੀ ਸੁਰਮਾ ਕਿਹੜਾ ਪਾਇਆ ਤੂੰ ਭੈਣ ਉਹ ਜੋਗੀ ਬਣਾਤਾ ਮੈਨੂੰ ਸਹੀ ਗੱਲ ਆ ਆਨੇ ਕਾਲੇ ਕਾਲੇ ਕਰਤੇ ਇਹ ਕਿਹੜਾ ਸੁਰਮਾ ਹੋਇਆ ਬਈ ਰੜਕ ਪੈਂਦੀ ਆ ਮੰਮੀ ਰੜਕ ਰੜਕ ਪੈਂਦੀ ਆ ਕੰਨੀਆਂ ਜਿਹੀਆਂ ਤੇ ਰੜਕ ਪੈਂਦੀ ਆ ਸਹੀ ਹੁੰਦਾ ਰੜਕ ਪਵੇ ਤੇਰਾ ਮੰਮੀ ਨੇ ਵੇਖ ਕੇ ਅੱਖਾਂ ਕਿਹੋ ਜਿਹੀਆਂ ਕਰਤੀਆਂ ਮੇਰੇ ਦਵਿੰਦਰ ਨੇ ਪਾਤਾ ਮੈਂ ਤਾਂ ਰੜਕ ਪੈਂਦੇ ਮੈਂ ਤਾਂ ਧੋਣਾਗਾ ਊਂ ਤਾਂ ਇਹ ਜਮਾ ਨਾ ਵਧੇ ਹੁਣ ਵੇਖੋ ਕਿਵੇਂ ਵੱਧਦਾ ਜਾਂਦਾ ਹੈਗਾ ਘਾਹ ਜਿਹਾ ਹੀ ਵਧੀ ਜਾਂਦਾ ਪਾਣੀ ਲਾਤਾ ਸੀ ਕਹਿੰਦਾ ਬਈ ਇਹਨੂੰ ਦੋ ਵਾਰੀ ਇਹ ਹੁਣ ਤਾਂ ਕਰਕੇ ਨੀ ਆਪਾਂ ਘਾਹ ਪੱਟਿਆ ਇੱਕ ਤਾਂ ਜਿਹੜੇ ਆਪਣੇ 'ਚ ਗੰਢੇ ਲਾਏ ਸੀਗੇ ਨਾ ਛੋਟੀਆਂ ਛੋਟੀਆਂ ਪੀਚੀਆਂ ਸੀਗੀਆਂ ਨਾ ਬਈ ਉਹਨਾਂ ਦੀ ਵਜ੍ਹਾ ਕਰਕੇ ਕਿਉਂਕਿ ਫਿਰ ਗਰਮੀ ਨਾਲ ਨਾ ਉਹ ਮੱਚਾਂ ਲੱਗਦੀਆਂ ਅਤੇ ਘਾਹ ਜਿੰਨਾ ਆਊਗਾ ਨਾ ਮਤਲਬ ਉੱਤੋਂ ਤੁੰਨੇ ਆਲੇ ਦੁਆਲੋਂ ਘਾਹ ਆਪਾਂ ਕੱਢਤਾ ਸੀਗਾ ਅਤੇ ਉਹਨਾਂ ਠੰਡਾ ਰਹਿੰਦਾ ਹੈਗਾ ਮਤਲਬ ਕਿ ਮੌਸਮ ਘੈਂਟ ਬਣ ਜਾਂਦਾ ਮਾਹੌਲ ਇਹ ਗੱਲ ਆ ਕਿਉਂਕਿ ਤੁਹਾਨੂੰ ਪਤਾ ਹੀ ਹੈ ਜਿੱਥੇ ਦਰਖਤ ਹੋਣਗੇ ਉੱਥੇ ਆਟੋਮੈਟਿਕਲੀ ਜਿਹੜੀ ਠੰਡ ਹੋਊਗੀ ਉਹ ਤਾਂ ਕਰਕੇ ਫਿਰ ਗੰਢੇ ਦੇ ਆਲੇ ਦੁਆਲੇ ਠੰਡ ਹੀ ਰਹਿੰਦੀ ਆ ਮਤਲਬ ਕਿ ਸਿਮਲਾ ਹੀ ਬਣਿਆ ਰਹਿੰਦਾ ਸਿਮਲਾ ਅਤੇ ਲਓ ਵੀ ਆਪਾਂ ਮੇਥੇ ਭਿਉਂਦੇ ਸੀਗੇ ਬਈ ਮੇਥੇ ਨਾ 1.5 ਕਿਲੋ ਹੁਣ 2 ਕਿਲੋ ਮੇਥੇ ਭਿਉਂਦੇ ਸੀਗੇ ਡੈਡੀ ਨੇ ਫੁੱਲ ਕੇ ਬਾਲਟੀ ਭਰ ਗਈ ਅਤੇ ਹੁਣ ਆਪਾਂ ਇਹਦੇ 'ਚ ਬੀਜ ਦਿੰਦੇ ਹੈਗੇ ਅਸੰਦ ਆਪਣੇ ਮੋਢੇ 'ਤੇ ਟੰਗਿਆ ਪਿਆ ਜਿਹਦੇ ਨਾਲ ਪੋਰੇ ਕੱਢਣੇ ਹੈਗੇ ਹੁਣ ਜਿੰਨੇ ਥਾਂ 'ਚ ਬੀਜੇਗੇ ਸਾਰੇ 2 ਕਿਲੋ ਦੇ 2 ਕਿਲੋ ਮੇਥੇ ਬੀਜ ਦਿਆਂਗੇ ਬਸ ਤਸੱਲੀਆਂ ਦੇਖੋ ਇੰਨੀ ਗਿੱਲ ਤਾਂ ਇਹਨੂੰ ਮੋਕਦੀ ਨਹੀਂ ਹੁੰਦੀ ਬਈ ਪਟਾਕੇ ਨੇ ਉੱਗਰੇ ਹੋਣੇ ਆ ਆਰਾਮਦਾਰੀ ਨਾਲ ਹੋ ਸਕਦਾ ਪਰਸੋਂ ਨੂੰ ਜਾਂ ਚੌਥੇ ਤੱਕ 2-3 ਦਿਨਾਂ ਦੇ ਵਿੱਚ ਨਿਕਲ ਕੇ ਬਾਹਰ ਵੱਜਣਗੇ ਹੁਣ ਮੈਂ ਡੈਡੀ ਦੀ ਵੇਟ ਕਰੀ ਨਾ ਡੈਡੀ ਆ ਨਹੀਂ ਰਹੇ ਟਾਈਮ ਵੀ ਵਾਹਵਾ ਹੋ ਗਿਆ ਅੱਜ ਸੈਰ ਕਰਨੋਂ ਰਹਿ ਗਏ ਬਈ ਕਿਉਂਕਿ ਕੋਈ ਕੰਮ ਸੀਗਾ ਥੋੜ੍ਹਾ ਜਿਹਾ ਬੰਦੇ ਆ ਗਏ ਘਰੇ ਉਹਦੇ ਕਰਕੇ ਲਓ ਵੀ ਮੇਥੇ ਜਿਹੜੇ ਬੀਜਤੇ ਆ ਬਿਜਾਈ ਇਹਦੀ ਹੋਈ ਆ ਜਿਵੇਂ ਕਣਕ ਬੀਜਦੇ ਹੁੰਦੇ ਆਪਾਂ ਨਾ ਉਸ ਹਿਸਾਬ ਨਾਲ ਹਾਂ ਵਾਹਵਾ ਸੀਗਾ ਯਾਰ ਬਈ ਨੇਰਾ ਹੋਣ ਵਾਲਾ ਹੀ ਹੋ ਗਿਆ ਜੇ ਪਸ਼ੂ ਡੰਗਰ ਬੰਨੇ ਹਜੇ ਰਹਿੰਦੇ ਆ ਤਾਂ ਕਰਕੇ ਮੈਨੂੰ ਆਈਡੀਆ ਹੋ ਗਿਆ ਸੀ ਕਿ ਮੈਂ ਕਿਹਾ ਅੱਜ ਸੈਰ 'ਤੇ ਨਹੀਂ ਜਾਇਆ ਜਾਣਾ ਗਾ ਕਿਉਂਕਿ ਬਰੀਕੀ ਕੰਮ ਨਾਲ ਹੀ ਨਾਲ ਓਰਾ ਮੋੜਨਾ ਪੈਂਦਾ ਬਈ ਉਹਦੇ ਕਰਕੇ ਹੁਣ ਤੜਕੇ ਸਾਰੇ ਵਾਹਨ 'ਚ ਮਰਵਾਵਾਂਗੇ ਇਹ 'ਚ ਵੀ ਜਿਹੜਾ ਰਹਿ ਗਿਆ ਰੋਟਾਵੇਟਰ ਨਾਲੇ ਉਹਦੇ 'ਚ ਨਾਲੇ ਲਾ ਦਾਂਗੇ ਮੂਲੀਆਂ ਘੱਟੋ ਘੱਟ 100 ਤੋਂ 100 ਵੀ ਕਿਹੜਾ 150-200 ਰੁਪਏ ਕਿਲੋ ਨੂੰ ਲਾਉਂਦੇ ਆ ਉਹ ਤੇ ਇਹ ਆਪਾਂ ਲਿਆਓ ਤੁਸੀਂ ਨਾਰਮਲ ਜਿਹੜੇ ਆਪਾਂ
ਦੁਕਾਨਾਂ ਨਹੀਂ ਹੁੰਦੀਆਂ ਕਰਿਆਨੇ ਵਾਲੀਆਂ ਦੁਕਾਨਾਂ 'ਤੇ ਲਿਆਓ, ਮੇਥੇ ਦੇ ਦਿਓ ਉਹਨੂੰ ਕਹਿ, ਠੀਕ ਹੈ ਨਾ, ਉਹ ਤੁਹਾਨੂੰ ਲਾਉਣਗੇ 80-90-100 ਐਂਡ ਲਾਉਣਗੇ। ਹੁਣ ਮੈਂ 80 ਰੁਪਏ ਲਿਆਉਂਦੇ ਸੀਗੇ ਅੱਜ ਆਪਣੇ ਆੜਤੀਆਂ ਤੋਂ, ਵੈਸੇ ਉਹ ਕਹਿੰਦੇ 100 ਤੋਂ ਉੱਤੇ ਵੇਚਦੇ ਹਾਂ, ਅਤੇ ਜਿਹੜੇ ਬੀਆਂ ਵਾਲੇ ਉਹ 150 ਤੋਂ ਉੱਤੇ ਵੇਚਦੇ ਆ। ਹੁਣ ਤੁਸੀਂ ਐਂ ਵੇਖ ਲਓ ਵੀ ਜਿਹੜਾ ਬੰਦਾ 80 ਵੇਚ ਰਿਹਾ ਉਹੀ ਸਰੋਂ ਹੁੰਦੀ, ਆਪਾਂ ਆਪਦਾ ਬੀਜ ਰੱਖਦੇ ਨੀਗੇ, 400 ਨੂੰ ਕਿਲੋ ਦਿੰਦੇ ਆ ਬੀਜ ਵਾਲੀ ਸਰੋਂ। ਹੁਣ ਉਦਣ 400 ਨੂੰ ਕਿਲੋ ਲਿਆਉਂਦੀ ਡੇੜੀ ਨੇ ਅੱਧਾ ਕਿਲੋ, ਅਤੇ ਆਪਾਂ ਵੇਚ ਦਿੰਦੇ ਹਾਂ 50 ਰੁਪਏ ਕਿਲੋ, ਹੈਂ, ਅਤੇ ਆਪਣੇ 'ਚ ਵੀ ਘੱਟ ਆ ਗਈਆਂ। ਹੁਣ ਤੁਸੀਂ ਐਂ ਆਪਾਂ ਆਪਦਾ ਬੀਜ ਨਹੀਂ ਰੱਖਦੇ, ਹਾਂ ਘੱਟ ਹੀ ਆ ਫਿਰ ਆਪਦੇ 'ਚ ਵੀ। ਹੁਣ ਇੱਕ ਬੰਦਾ ਤਾਂ 80 ਰੁਪਏ ਕਿਲੋ ਵੇਚ ਕੇ ਹੀ ਪੈਸੇ ਕਮਾ ਰਿਹਾ, ਇੱਕ ਬੰਦਾ 150 ਰੁਪਏ ਵੇਚ ਕੇ ਵੀ ਪੈਸੇ ਕਮਾ ਰਿਹਾ ਹੈਗਾ। ਹੁਣ ਤਾਂ ਆਪ ਹੀ ਉਹਦੇ ਕੋਲ ਚੌਗਣੀ ਕਮਾਈ ਹੋਣੀ, ਆਪਾਂ ਕਹਿ ਦਿੰਦੇ ਲੈ ਫਲਾਣੇ ਨੇ ਤਾਂ ਨਾ ਕੰਮ ਬੜਾ ਚੱਲਿਆ, ਦਿਨਾਂ 'ਚ ਕੋਠੀਆਂ ਪਾ ਦਿੰਦੀਆਂ, ਫਿਰ ਐਂ ਪੈਂਦੀਆਂ ਉਹ, ਅਤੇ ਉਹ ਦਸਾਂ ਵਾਲੀ ਚੀਜ਼ ਵੇਚਣੀ 100 'ਚੋਂ, ਹੈਂ। ਅਤੇ ਚਲੋ ਹੁਣ ਚੱਲਦੇ ਹਾਂ ਘਰੇ, ਚੱਲ ਕੇ ਪਸ਼ੂ ਪੁਸ਼ੂ ਡੰਗਰਾਂ ਦੇਖਦੇ ਹਾਂ, ਨਹੀਂ ਫਿਰ ਨਹਾਉਣੇ ਧੋਣੇ ਤਾਂ ਹੁੰਦੇ ਹਾਂ। ਫਰਾਰ ਕਿਆ ਬਾਤ ਆ ਬਈ, ਮੰਮੀ ਅੱਜ ਤਾਂ ਤੂੰ ਕਮਾਲੇ ਹੀ ਕਰਤੀਆਂ, ਆਸ ਉਮੀਦ ਹੀ ਹੈਨੀ ਸੀ ਸਾਨੂੰ ਇਸ ਕੰਮ ਦੀ ਵੀ ਪਸ਼ੂ ਬਾਹਰ ਕੱਢ ਕੇ ਪਾਣੀ ਪੂਣੀ ਪਿਆ ਕੇ ਖਲਿਆਰੇ ਖੜ੍ਹੇ ਹੋਣਗੇ, ਹਾਂ। ਵੀ ਉੱਧਰ ਦਵਿੰਦਰ ਲੱਗੀ ਪਈ ਆ ਕੱਪੜੇ 'ਚ, ਉਹ ਆਹ ਰੰਗ ਜਿਹਾ ਨਿਕਲਿਆ ਬਈ ਮੇਥਿਆਂ 'ਚੋਂ, ਆਹ ਵੇਖੋ ਖਾਖੀ ਖਾਖੀ ਪੀਲਾ ਪੀਲਾ ਜਿਹਾ ਨਹੀਂ ਲੱਗੀ ਜਾਂਦਾ ਗਾ ਜਿਵੇਂ। ਤਾਜੂ ਕੀ ਕਰੀ ਜਾਂਦੀ ਆ, ਹੈਂ? ਚੱਲ ਫਿਰ ਆ ਜਾ ਆਪਾਂ ਭੰਗੜਾ ਪਾਗੇ, ਭੰਗੜਾ ਹੈਂ ਪਾਗੇ, ਕਿਉਂ ਕਾਹਦੀ ਖੁਸ਼ੀ 'ਚ? ਆਹ ਵੇਖੋ ਗਾਣੇ ਚੱਲੀ ਜਾਂਦੇ ਤਾਂ ਕਰਕੇ, ਤੂੰ ਗੱਲ ਕਰ, ਤੂੰ ਹਾਂ ਕਰ ਭੰਗੜੇ ਦਾ ਕੀ, ਹੁਣੇ ਮੈਂ ਤਾਂ ਉਹਦੇ ਅੱਖ ਨੂੰ ਸ਼ੁਰੂ 'ਚ ਜਵਾਨੀ ਵੇਲੇ 'ਚ ਭੰਗੜੇ ਪਾਉਂਦਾ ਰਿਹਾਗਾ, ਬੜਾ ਅਸੀਂ ਐਂ ਕਰਦੇ ਨੇ ਪੰਮੀ ਬਾਈ ਨੂੰ, ਹੈਂ। ਚੱਲ ਫਿਰ ਆਈ ਹੋ ਰੱਬਾ, ਇੱਕ ਤਾਂ ਮੇਰੀ ਘਰ ਵਾਲੀ ਨਹੀਂ ਮੰਨਦੀ ਮੇਰੀ ਭਾਗਵਾਨ। ਚੱਲ ਫਿਰ ਪਾਣੀ ਦਾ ਗਲਾਸ ਹੀ ਪਿਆ ਦੇ, ਹੁਣ ਵੀ ਚੁੱਪ ਹੋ ਗਈ, ਪਾਣੀ ਦਾ ਗਲਾਸ ਇਹ ਪਹਿਲੀ ਵਾਰੀ ਬਹਾਨਾ ਸੁਣਿਆ, ਲੋਕ ਮਿਰਚਾਂ ਵਾਲੇ ਸੁਣਿਆਗੇ ਜਾਂ ਹੋਰ ਕਾਸੇ ਵਾਲੇ, ਆ ਗਿਆ ਮੇਰੇ ਹੱਥ ਹੀ ਆਲੂਆਂ ਵਾਲੇ ਆ, ਜਾਂ ਕਹਿੰਦਾ ਮੇਰੇ ਖਾਲ ਵਾਲੇ ਹੱਥ ਯਾਰ ਲਿਬੜੇ ਹੋਏ ਆ। ਆਲੂਆਂ ਵਾਲੇ ਹੱਥਾਂ 'ਚ ਕੀ ਹੋ ਗਿਆ, ਆਲੂਆਂ 'ਚ ਕੀ ਹੁੰਦਾ, ਕੁਛ ਵੀ ਨਹੀਂ ਹੁੰਦਾ ਗਾ, ਇਹ ਤਾਂ ਹੁਣ ਤੂੰ ਬਹਾਨਾ ਦਵਿੰਦਰ ਵੇਖ ਲਾ, ਮੇਰੀ ਬੇਇੱਜ਼ਤੀ ਖਰਾਬ ਕਰਤੀ ਤੂੰ ਹੁਣ, ਠੀਕ ਆ ਨਾ। ਵੇਖ ਲਓ ਕਿੰਨੇ ਜਣੇ ਦੇਖ ਰਹੇ, ਸਾਰੇ ਕਹਿੰਦੇ ਹੁਣ ਅੱਛਾ ਦਵਿੰਦਰ ਇੰਨਾ ਕੀ ਉਹ ਕਰਦੀ ਰਿਸਪੈਕਟ, ਚੱਲ ਮੈਂ ਤਾਂ ਮੋਟਰ ਛੱਡ ਕੇ ਪੀ ਲੂੰਗਾ ਭਾਈ। ਤਾਜੂ ਹੋ ਗਿਆ ਤਿਆਰ ਪੁੱਤ, ਚੱਲ ਗਏ ਆਪਾਂ, ਚੱਲ ਗਏ ਉੱਧਰ, ਚੱਲ ਗਏ, ਚੱਲਾ ਗਏ, ਆਪਣੇ ਰੂਮ 'ਚ ਮੋਬਾਈਲ ਤੇ ਆਂਟੀ ਬੋਲੀ ਜਾਂਦਾ, ਇਧਰਲੇ ਪਾਸੇ ਰੱਖਿਆ ਵਾ ਥੱਲੇ, ਹੈਂ ਆ ਪਿਆ ਆ ਪਿਆ ਆ ਪਿਆ ਆ ਪਿਆ। ਲੋ ਵੀ ਤਾਜੂ ਲੈ ਕੇ ਚੱਲਦੇ ਉਧਰ, ਹੁਣ ਨਹੀਂ ਲੈ ਕੇ ਜਾਣਾ, ਕਿਉਂ ਹਜੇ ਨਹੀਂ, ਹਜੇ ਕਿਤੇ ਛੁੱਟੀ ਹੋਈ ਤੂੰ ਤਾਂ ਮੈਨੂੰ ਕਿਹਾ ਲੈ ਜਾ, ਉਹਦਾ ਤਾਂ ਉਹੀ ਘੰਟੇ ਬਾਅਦ ਫੇਰ ਲੋਗਿੰਗ ਹੁੰਦੀ ਹੈ, ਲੈ ਹੁੰਦੀ ਹੈ ਦਵਾਈ, ਹਾਂ ਹਾਂ ਵੀ ਕੱਟਣਾ ਨਹੀਂ ਗੋਲੀਆਂ ਲੈ ਆ ਯਾਰ, ਸੀਸੀ ਪੈ ਉਹਦੀ ਇੱਕ, ਤੇਰੀ ਗੱਲ ਸੁਣ, ਚੱਲ ਕੋਈ ਗੱਲ ਨੀ। ਤੇ ਲੋ ਵੀ ਹੁਣ ਚੱਲਦੇ ਆ, ਰੋਟੀ ਪਾਣੀ ਛਕ ਲਿਆ, ਦੋ ਰੋਟੀਆਂ ਨਾਲ ਖੀਰਾ ਤੇ ਛਕ ਲਿਆ 4 ਵਜੇ, ਬਾਕੀ ਕਰ ਲੈਂਦੇ ਆ, ਕਿਉਂ 4:30 ਉੱਠਦਾ ਹੁਣ ਮੈਂ, 4:40 ਤੇ ਸੈਰ ਕਰਨ ਵੀ ਜਾਣਾ ਹੁੰਦਾ, ਫਿਰ ਗੋਆ ਵੀ ਪੱਠੇ ਹੀ ਪਾਉਣੇ ਆ, ਪਸ਼ੂਆਂ ਦਾ ਪਤਾ ਨੀ ਲੱਗਦਾ, 10 ਮਿੰਟਾਂ 'ਚ ਕੰਮ ਨਿਬੜ ਜਾਂਦਾ, ਪਹਿਲਾਂ 40 ਮਿੰਟ ਲੱਗਦੇ ਸੀਗੇ ਗੋਹੇ ਤੇ ਪੱਠੇ ਪੁੱਠੇ ਪਾਉਣ ਤੇ, ਹੁਣ ਲੱਗਦੇ ਹੈਗੇ 25 ਮਿੰਟ, ਹਾਂ। ਲੋ ਵੀ ਫਿਰ ਕਰਦੇ ਹੁਣ ਅੱਜ ਦੇ ਵਲੋਗ ਦਾ ਐਂਡ ਕਰ ਦਿਓ, ਟਾਟਾ ਬਾਏ ਬਾਏ, ਓਕੇ ਸਤਿ ਸ੍ਰੀ ਅਕਾਲ। ਤੇ ਜਿਨ੍ਹਾਂ ਨੇ ਇੱਥੇ ਤੱਕ ਵੀਡੀਓ ਦੇਖੀ ਬਾਈ, ਲਾਈਕ ਕੀਤੇ ਬਿਨਾ ਬਿਲਕੁਲ ਨਾ ਜਾਇਓ ਵੀ, ਜਿਹੜੇ ਜਿਹੜੇ ਵੀ ਚੈਨਲ ਤੇ ਨਵੇਂ ਜੁੜੇ ਆ।
ਛੇ ਛੇ ਕਰਦੇ ਹੁਣ ਜਮਾ ਨੀ ਬਈ ਪੈ ਕੇ ਤਾਂ ਰਾਜੀ ਨੀ ਬੈਠ ਕੇ ਖੁਸ਼ ਹੁੰਦੀ ਹੈਗੀ ਨਾਲੇ ਕੀ ਕੰਬਲ ਕਰ ਲਿਆ ਚੌਰਾ ਤੇ ਕੰਬਲ ਦੇ ਪਾਈ ਰੱਖੀ ਤੇ ਕਦੇ ਤਾਂ ਪੀਤੇ ਨਹੀਂ ਇੱਧਰ ਹੋ ਜਾਏ ਕਦੇ ਮੇਰੇ ਨਹੀਂ ਇੱਧਰ ਹੋ ਜਾਏ ਬਹੁਤ ਰੋਟੀ ਬੈਠੀ ਹੋਣ ਲੱਗਦੀ ਥੋੜੇ ਚਿਰ ਗੁੱਡ ਨਾਈਟ ਤਾਜੂ ਬੈਠਣ ਲੱਗ ਗਿਆ ਗੁੱਡ ਨਾਈਟ